ਇਹ ਲੋਕ ਸਭਾ ਇਲੈਕਸ਼ਨ 2024 ਦੇ ਮੱਦੇਨਜ਼ਰ ਰੱਖਦੇ ਹਾਂ ਸਾਡੇ ਮਾਣਯੋਗ SSP ਸ੍ਰੀ ਦੀਪਕ ਪਾਰਕ ਜੀ IPS ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਸਾਡੀ ਪੁਲਿਸ ਜਿਹੜੀ ਫੋਰਸ ਆ ਬੜੀ ਮੁਸਤੈਦੀ ਦੇ ਨਾਲ ਡਿਊਟੀਆਂ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਮਿਤੀ 13/5/24 ਨੂੰ ਇੰਟਰ ਸਟੇਟ ਜਿਹੜਾ ਸਾਡਾ ਬਾਰਡਰ ਡੱਬ ਵਾਲੀ ਦਾ ਹਰਿਆਣੇ ਦੇ ਨਾਲ ਲੱਗਦਾ ਅਤੇ ਉੱਥੇ ਸਾਡੇ SHO ਸੰਦੀਪ ਸਿੰਘ ਭਾਟੀ ਥਾਣਾ ਮੁਖੀ ਸੰਗਤ ਅਤੇ ਚੌਂਕੀ ਇੰਚਾਰਜ ਪਥਰਾਲਾ ASI ਜਸਕਰਨ ਸਿੰਘ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਨੀ ਕੁਮਾਰ ਅਤੇ ਦੂਸਰੇ ਦਾ ਨਾਮ ਗੁਰਨਾਮ ਸਿੰਘ ਸੀਗਾ। ਜਿਹੜਾ ਸਨੀ ਕੁਮਾਰ ਆ ਇਹ ਗੁਰੂ ਸਰ ਸਹਾਏ ਦਾ ਰਹਿਣ ਵਾਲਾ ਅਤੇ ਦੂਸਰਾ ਜਿਹੜਾ ਗੁਰਨਾਮ ਸਿੰਘ ਆ ਇਹ ਹੈਗਾ ਸਰਾਣੀਆਂ ਪਿੰਡ ਦਾ ਰਹਿਣ ਵਾਲਾ। ਅਤੇ ਇਹਨਾਂ ਦੇ ਵਿੱਚ ਇਹਨਾਂ ਦੀ ਜਦੋਂ ਤਲਾਸ਼ੀ ਕਰਨ 'ਤੇ ਸਨੀ ਕੁਮਾਰ ਤੋਂ 315 ਬੋਰ ਦਾ ਕੱਟਾ ਅਤੇ ਗੁਰਨਾਮ ਪਾਸੋਂ 2 ਰੌਂਦ ਜਿੰਦਾ ਬਰਾਮਦ ਕੀਤੇ ਗਏ, ਜਿਸ ਕਰਕੇ ਸਾਡੇ ਮੁਕੱਦਮਾ ਨੰਬਰ 47-25 ਆਰਮਜ ਐਕਟ ਅਧੀਨ ਦਰਜ ਕੀਤਾ ਗਿਆ। ਇੱਥੇ ਇਹ ਵਰਣਨਯੋਗ ਆ ਵੀ ਇਹ ਜਿਹੜੇ ਦੋਨੇ ਵਿਅਕਤੀ ਇਹ ਜਿਹੜਾ ਇਹ ਦੇਸੀ ਕੱਟਾ ਇਹ ਲੈ ਕੇ ਆ ਰਹੇ ਸੀਗੇ ਉੱਤਰ ਪ੍ਰਦੇਸ਼ ਤੋਂ ਅਤੇ ਇਹਨਾਂ ਦੀ ਇੱਕ ਕਿਸੇ ਦੇ ਨਾਲ ਪੁਰਾਣੀ ਦੁਸ਼ਮਣੀ ਆ, ਇਹਨਾਂ ਨੇ ਉਸ ਉੱਤੇ ਹਮਲਾ ਕਰਨਾ ਸੀ। ਅਤੇ ਬਾਕੀ ਇੱਥੇ ਇਹ ਵੀ ਵਰਣਨਯੋਗ ਆ ਵੀ ਇਹ ਦੋਨੇ ਬੜੇ ਖਤਰਨਾਕ ਅਪਰਾਧੀ ਆ ਅਤੇ ਇਹਨਾਂ ਦੇ ਉੱਤੇ ਪਹਿਲਾਂ ਵੀ ਦੋਨਾਂ ਦੇ ਉੱਤੇ ਇੱਕ ਇੱਕ NDPX ਐਕਟ ਦਾ ਮੁਕੱਦਮਾ ਦਰਜ ਆ ਅਤੇ ਸਨੀ ਦੇ ਉੱਤੇ ਪਹਿਲਾਂ ਵੀ ਪੁਲਿਸ ਪਾਰਟੀ ਗੁਰੂ ਹਰ ਸਹਾਏ ਉੱਪਰ ਹਮਲਾ ਕਰਨ ਦਾ ਇੱਕ ਮੁਕੱਦਮਾ ਦਰਜ ਆ ਜਿਹਦੇ ਵਿੱਚੋਂ ਇਹਦੀ ਗ੍ਰਿਫਤਾਰੀ ਕੀਤੀ ਜਾਣੀ ਹੈ ਹਜੇ ਬਾਕੀ ਆ। ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਮਾੜੇ ਅੰਸਰਾਂ ਦਾ ਗਰੋਹ ਆ ਉਹਨੂੰ ਅਸੀਂ ਇਹ ਕਾਬੂ ਕਰ ਲਿਆ ਅਤੇ ਜਿਹੜਾ ਇਹਨਾਂ ਨੇ ਗਾਂ ਜਿਹੜੀਆਂ ਵਾਰਦਾਤਾਂ ਕਰਨੀਆਂ ਸੀ ਉਹਨਾਂ ਦਾ ਭਾਂਡਾ ਫੋੜ ਕੀਤਾ ਗਿਆ। ਕਿੰਨੇ ਮੈਂਬਰ ਸੀ ਗਰੋਹ ਦੇ ਵਿੱਚ? ਇਹ 2 ਮੈਂਬਰ ਸੀਗੇ, ਇੱਕ ਤਾਂ ਸਨੀ ਅਤੇ ਇੱਕ ਗੁਰਨਾਮ ਸਿੰਘ, ਦੋਨੇ ਇਹ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਲ ਸੰਬੰਧਿਤ।